सिखा का कानून है आ कैदा पहला गुरु वालों बख्शी एक सरकार नूं होर गल करनी सी मैं मेरे दिमाग च आ गई है जेड़ा गुरदेव सी जिहदा सोधा लगा सी उह सोधा लाउण दे विच दो सिख नौजवान सी इक हिंदू नौजवान सी अशोक कुमार शायद उस हिंदू नौजवान दा नां आ जिन्ने सोधा लाया सी बेदबी करन वाले नूं
ਸੋ ਉਸ ਸੋਧਾ ਲਾਉਣ ਵਾਲੇ ਦੀ ਘਰਵਾਲੀ ਦੀ ਨੂੰ ਸਰਕਾਰ ਨੇ ਨੌਕਰੀ ਦਿੱਤੀ ਹੈ। ਜਿਹੜਾ ਗੁਰਦੇਵ ਹੈ ਜਿਹਨੇ ਬੇਅਦਬੀ ਦੀ ਰੇਕੀ ਕਰਾਈ ਹੈ ਉਹਦੀ ਦੁਕਾਨ ਸੀ ਸਾਹਮਣੇ, ਉਹ ਜਦੋਂ ਮਾਰਿਆ ਜਾਂਦਾ ਹੈ ਤਾਂ ਸੋਧਾ ਲੱਗਦਾ ਹੈ। ਮਹਿੰਦਰਪਾਲ ਬਿੱਟੂ ਜਿਹਦਾ ਬਾਅਦ ਜੇਲ੍ਹ ਚ ਸੋਧਾ ਲੱਗਦਾ, ਮਹਿੰਦਰਪਾਲ ਬਿੱਟੂ ਲਾਸ਼ ਰੱਖਦਾ ਸੜਕ ਦੇ ਵਿਚਕਾਰ ਤੇ ਮੌਕੇ ਦੀ ਹਕੂਮਤ ਉਹਦੇ ਘਰ ਦੀ ਨੂੰ ਨੌਕਰੀ ਦਿੰਦੀ ਹੈ ਪੁਲਿਸ ਦੇ ਵਿੱਚ। ਹੁਣ ਤੁਸੀਂ ਇਹ ਸੋਚ ਲਓ, ਉਹ ਤੋਂ ਬਾਅਦ ਦੋਵਾਂ ਸਿੱਟਾਂ ਨੇ ਇਹ ਗੱਲ ਕਹਿਤੀ ਹੈ, ਪੁਲਿਸ ਦੀ ਇਨਵੈਸਟੀਗੇਸ਼ਨ ਮੰਨ ਚੁੱਕੀ ਹੈ ਵੀ ਗੁਰਦੇਵ ਸਿੰਘ ਦੋਸ਼ੀ ਸੀ, ਇਹਨੇ ਰੇਕੀ ਕੀਤੀ ਹੈ ਤੇ ਮਹਾਰਾਜ ਦਾ ਸਰੂਪ ਚੁਕਾਉਣ ਦੇ ਵਿੱਚ ਇਹਦਾ ਦੋਸ਼ ਹੈਗਾ ਸੀ। ਸੋ ਇਹਦਾ ਅਰਥ ਇਹ ਹੈ ਵੀ ਜਿਹੜਾ ਗੁਰੂ ਦੀ ਬੇਅਦਬੀ ਕਰੂਗਾ ਤੇ ਉਹਨੂੰ ਪ੍ਰੋਟੈਕਸ਼ਨ ਮਿਲੂਗੀ, ਜੇ ਸਿੱਖ ਸੋਧਾ ਲਾ ਦੇਣਗੇ ਉਹਦੇ ਪਰਿਵਾਰ ਨੂੰ ਨੌਕਰੀ ਮਿਲੂਗੀ। ਹੁਣ ਤੁਸੀਂ ਆਪ ਅੰਦਾਜ਼ਾ ਲਾ ਲਓ ਬੇਅਦਬੀ ਕਰਾ ਕੌਣ ਰਿਹਾ ਹੈ, ਤੇ ਜੇ ਮੌਕੇ ਦੀ ਹਕੂਮਤ ਚਾਹੁੰਦੀ ਹੈ ਵੀ ਇਹ ਸਿੱਖਾਂ ਦੇ ਹੱਕ ਚ ਕੁਛ ਕਰਨਾ ਹੈ ਤੇ ਆਹ ਡੇਢ ਮਹੀਨੇ ਦੇ ਵਿੱਚ ਉਹਦੀ ਘਰ ਦੀ ਨੌਕਰੀ ਤੋਂ ਬਰਖਾਸਤ ਕੀਤਾ ਜਾਵੇ। ਕਿਹੜੀ ਕਾਰਗਿਲ ਦੀ ਜੰਗ ਲੜਦਾ ਸੀ ਉਹ? ਗੁਰੂ ਦੀ ਬੇਅਦਬੀ ਕਰਨ ਵਾਲਾ ਇੱਕ ਡੇਰਾ ਪ੍ਰੇਮੀ ਉਹਦੀ ਘਰ ਦੀ ਨੂੰ ਪੁਲਿਸ ਚ ਭਰਤੀ ਕੀਤਾ, ਹੁਣ ਉਹ ਪੁਲਿਸ ਚ ਭਰਤੀ ਹੋ ਕੇ ਕੀਪ ਤਾਂ ਕਿੰਨੀਆਂ ਬੇਅਦਬੀਆਂ ਕਰਵਾਊਗੀ ਗਾੜੀ? ਜਿਹੜੀ ਜਨਾਨੀ ਕੋਲ ਪਹਿਲਾਂ ਕੋਈ ਪਾਵਰ ਨਹੀਂ ਸੀ, ਜਿਹੜੇ ਪਰਿਵਾਰ ਕੋਲ, ਉਦੋਂ ਬੇਅਦਬੀ ਕਰਾਤੀ, ਹੁਣ ਜਿਹਨਾਂ ਤੁਸੀਂ ਪ੍ਰਸ਼ਾਸਨ ਸ਼ਾਮਿਲ ਕਰ ਲਿਆ ਤੇ ਉੱਥੇ ਕੀ ਕਰੂਗੀ? ਸੋ ਗੁਲਾਮੀ ਹੋਰ ਕਿਸੇ ਨੇ ਆਣ ਕੇ ਮੱਥੇ ਤੇ ਨਹੀਂ ਲੱਗ ਜਾਣੀ ਤੁਹਾਡੇ ਤੇ ਵੀ ਕੋਈ ਆਣ ਕੇ ਤੁਹਾਨੂੰ ਕਵੇ ਵੀ ਭਾਈ ਤੁਸੀਂ ਗੁਲਾਮ ਜੋ, ਤੁਹਾਨੂੰ ਸਵੇਰੇ ਸ਼ਾਮ ਸਪੀਕਰਾਂ ਚ ਪਾਠੀ ਸਿੰਘ ਦੱਸਿਆ ਕਰਨ ਵੀ ਤੁਸੀਂ ਗੁਲਾਮ ਜੋ, ਫਿਰ ਤੁਹਾਨੂੰ ਪਤਾ ਲੱਗਣਾ ਇਹ ਗੁਲਾਮੀ ਦੀਆਂ ਨਿਸ਼ਾਨੀਆਂ ਨੇ।